ਜਿਵੇਂ ਹੀ ਕਿਸਾਨ ਨੇ ਪਰਾਲੀ ਨੂੰ ਲਾਈ ਅੱਗ ਮੌਕੇ ਤੇ ਪਹੁੰਚ ਗਈ ਪ੍ਰਸ਼ਾਸਨ ਦੀ ਟੀਮ ਪਹਿਲਾਂ ਅੱਗ ਤੇ ਪਾਇਆ ਕਾਬੂ ਫਿਰ ਲਗਾਇਆ ਵੱਡਾ ਜੁਰਮਾਨਾ ਇੱਕ ਪਾਸੇ ਜਿੱਥੇ ਝੋਨੇ ਦੀ ਫਸਲ ਪੱਕਣ ਤੇ ਕਿਸਾਨਾਂ ਨੂੰ ਖੁਸ਼ੀ ਹੁੰਦੀ ਹੈ ਤਾਂ ਦੂਜੇ ਪਾਸੇ ਪ੍ਰਸ਼ਾਸਨ ਨੂੰ ਪਰਾਲੀ 'ਚ ਲੱਗਣ ਵਾਲੀ ਅੱਗ ਦੀ ਪਰੇਸ਼ਾਨੀ ਵੀ ਹੁੰਦੀ ਹੈ ਤਾਂ ਇੱਕ ਕਿਸਾਨ ਦੇ ਵੱਲੋਂ ਪਰਾਲੀ ਦੀ ਨਾੜ ਨੂੰ ਅੱਗ ਲਗਾਈ ਗਈ ਜਿੱਥੇ ਇਹ ਜਾਣਕਾਰੀ ਜਿਵੇਂ ਹੀ ਪ੍ਰਸ਼ਾਸਨ ਦੀ ਟੀਮ ਨੂੰ ਮਿਲੀ ਤਾਂ ਉਹ ਮੌਕੇ ਤੇ ਪਹੁੰਚਦੇ ਨੇ ਤੇ ਫਿਰ ਇਸ ਕਿਸਾਨ ਤੇ ਵੱਡਾ ਜੁਰਮਾਨਾ ਲਗਾਇਆ ਜਾਂਦਾ ਦੱਸ ਦਈਏ ਕਿ ਇਹ ਪੂਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਕਿਸਾਨਾਂ ਨੂੰ ਪਰਾਲੀ 'ਚ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਇਸ ਕਿਸਾਨ ਦੇ ਵੱਲੋਂ ਆਪਣੇ ਖੇਤ ਦੇ ਵਿੱਚ ਅੱਗ ਲਗਾਈ ਗਈ ਜਿੱਥੇ ਇਹ ਜਾਣਕਾਰੀ ਜਿਵੇਂ ਹੀ ਪ੍ਰਸ਼ਾਸਨ ਦੀ ਟੀਮ ਦੇ ਕੋਲ ਪਹੁੰਚੀ ਤਾਂ ਉਹ ਮੌਕੇ ਤੇ ਹੀ ਖੇਤ ਦੇ ਵਿੱਚ ਪਹੁੰਚਦੇ ਨੇ ਤਾਂ ਇਹਨਾਂ ਦੇ ਵੱਲੋਂ ਪਹਿਲਾਂ ਅੱਗ ਤੇ ਕਾਬੂ ਪਾਇਆ ਗਿਆ ਤੇ ਫਿਰ ਇਸ ਕਿਸਾਨ ਤੇ ਵੱਡਾ ਜੁਰਮਾਨਾ ਲਗਾਇਆ ਜਾਂਦਾ ਤੇ ਇਸ ਸਬੰਧੀ ਇਸ ਕਿਸਾਨ ਨੂੰ ਵਾਰਨਿੰਗ ਵੀ ਦਿੱਤੀ ਗਈ ਹੈ ਕਿ ਜੇਕਰ ਅਗਲੀ ਵਾਰ ਖੇਤ ਦੇ ਵਿੱਚ ਅੱਗ ਲਗਾਈ ਗਈ ਜਾਂ ਜ਼ਰਬਾਨਾ ਪਰੰਤੋ ਇਨਕਾਰ ਕੀਤਾ ਗਿਆ ਤਾਂ ਇਸ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾਵੇਗੀ ਤਾਂ ਦੱਸਦੀ ਹੈ ਕਿ ਪ੍ਰਾੜੀ ਦੇ ਵਿੱਚ ਅੱਗ ਨਾਲ ਲਗਾਉਂਦੀ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਪਰ ਤੇ ਮੈਂ ਤੇ ਆਫਰ ਸਟੇਸ਼ਨ ਬਾਹਰ ਗਿਆ ਸੀ ਤੇ ਬੰਦਿਆਂ ਨੌਕਰਾਂ ਨੇ ਪਿੱਛੋਂ ਅੱਗ ਲਾਤੀ ਅਬਾ ਗਾਂ ਤੋਂ ਅਸੀਂ ਇਸ ਚੀਜ਼ ਦੇ ਉੱਤੇ ਕੰਟਰੋਲ ਕਰਾਂਗੇ ਅਹੀਂ ਪਹਿਹਤਰਾ ਦੀ ਗਾਹ ਨਹੀਂ ਆ ਕਲਾਵਾਂਗੇ ਜੀ ਮਹਿਸੂਸ ਕੀਤਾ ਵੀ ਤੁਹਾਡੇ ਬੰਦੇ ਨੇ ਗਲਤ ਕੀਤਾ ਹਾਂਜੀ ਅਹੀਂ ਆ ਅਸੀਂ ਗਲਤੀ ਹੈ ਮਹਿਸੂਸ ਕੀਤੀ ਕਿ ਸਾਡੇ ਬੰਦਿਆਂ ਨੇ ਕੰਮ ਗਲਤ ਕੀਤਾ ਜੀ ਉਹ ਕਿਤੇ ਪ੍ਰਸ਼ਾਸਨ ਪਹੁੰਚਿਆ ਹਾਂਜੀ ਪੂਰਾ ਜੀ ਪੰਤ ਸਾਂਚਨ ਪਹੁੰਚਿਆ ਉਹਨਾਂ ਨੇ ਵਧੀਆ ਗੱਲ ਵੀ ਵਧੀਆ ਕੀਤੀ ਹੈ ਪ੍ਰਸ਼ਾਸਨ ਨੇ ਪਰ ਅਹੀਂ ਜਿਹੜਾ ਸਾਡਾ ਉਹਨਾਂ ਨੇ ਜੋ ਆਖਿਆ ਦੱਸ ਤਾਂ ਗਾ ਦੋ ਗਈ ਹੋਊਗਾ ਇਹ ਤਰ੍ਹਾਂ ਦੀ ਲੱਗਦਾ ਵੀ ਗਲਤੀ ਬੰਦਿਆ ਕੀਤੀ ਕੀ ਭੁਗਤਣੀ ਤੁਹਾਨੂੰ ਪੈ ਗਈ ਹੈ ਬਸ ਇਹ ਜੁਰਮਾਨਾ ਵੀ ਇਹ ਚੀਜ਼ ਦੀ ਹਾਂਜੀ ਜੁਰਮਾਨਾ ਵੀ ਹੋਇਆ ਆ ਤੇ ਫੀਲ ਵੀ ਹੋਇਆ ਸਾਨੂੰ ਬਾ ਗਾਂ ਤੋਂ ਨਹੀਂ ਹੋਊਗਾ ਆਮ ਲਾਹੌਰ ਕਿਸਾਨਾਂ ਨੂੰ ਹੋ ਰਹੀ ਲੋਕਾਂ ਹੋਰ ਵੀ ਲੋਕਾਂ ਨੂੰ ਕਹਿੰਨੇ ਜਾਂ ਕਿਸਾਨਾਂ ਨੂੰ ਕਹਾਂਗੇ ਕਿ ਇਸ ਚੀਜ਼ ਤੋਂ ਹੈ ਤੇ ਸਾਡੇ ਵਾਸਤੇ ਫਾਇਦੇਮੰਦੀ ਚੀਜ਼ ਹੀ ਆ ਕਿ ਆਗ ਨਾ ਲੱਗੇ ਤੇ ਆਗ ਦੇ ਨਾਲ ਪ੍ਰਦੂਸ਼ਨ ਪੈਦਾ ਹੁੰਦਾ ਆ ਤੇ ਜਿਹੜਾ ਵਾਤਾਵਰਨ ਖਰਾਬ ਹੁੰਦਾ ਆ ਅਸੀਂ ਇਹ ਚੀਜ਼ ਦੇ ਉੱਤੇ ਗਾਂ ਤੋਂ ਕੰਟਰੋਲ ਕਰਾਂਗੇ ਤੇ ਹੋਰ ਵੀ ਕਿਆ ਨੂੰ ਕਹਿੰਨੇ ਆ ਇਸ ਚੀਜ਼ ਦੇ ਉੱਤੇ ਇੱਥੇ ਪਹੁੰਚਿਓ ਕੀ ਸੀ ਸਾਰਾ ਮਾਮਲਾ ਅ ਅੱਜ ਅਸੀਂ ਇੱਥੇ ਅ ਜਨਾਲੇ ਦੇ ਸਰੌਂਡਿੰਗ ਇੱਕ ਖੇਤ ਦੀ ਲੋਕੇਸ਼ਨ ਸਾਨੂੰ ਜਿਹੜੀ ਸੀ ਉਹ ਪ੍ਰਾਪਤ ਹੋਈ ਸੀ ਜਿੱਥੇ ਪਰਾਲੀ ਨੂੰ ਅੱਗ ਲਗਾਈ ਗਈ ਸੀ ਤੇ ਅੱਜ ਅਸੀਂ ਖੇਤ ਚ ਆਏ ਮੈਂ ਮੇਰੇ ਨਾਲ ਡੀਐਸਪੀ ਸਾਹਿਬ ਐਸਐਚਓ ਸਾਹਿਬ ਸੀ ਤੇ ਕੰਸਰਨ ਪਟਵਾਰੀ ਸੀ ਜਿਹੜੇ ਆਪਣੇ ਨੋਡਲ ਅਫੀਸਰ ਨੇ ਤੇ ਇੱਥੇ ਵੇਖਣ ਤੋਂ ਪਾਇਆ ਕਿ ਇਹਨਾਂ ਦੇ ਖੇਤ ਵਿੱਚ ਜਿਹੜੀ ਉੱਪਰ ਜਿਹੜਾ ਫੂਸ ਜਿਆ ਉਹਨੂੰ ਅੱਗ ਲੱਗੀ ਹੋਈ ਸੀ ਤੇ ਕਿਸਾਨ ਨੂੰ ਬੁਲਾਇਆ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਉਨ੍ਹਾਂ ਵੱਲੋਂ ਨਹੀਂ ਉਹਨਾਂ ਦੇ ਆਪਣਾ ਕਰਮਚਾਰੀਆਂ ਜਾਂ ਬੰਦਿਆਂ ਵੱਲੋਂ ਜਿਹੜੀ ਅੱਗ ਲਗਾਈ ਗਈ ਆ ਜੋ ਹੈ ਇਨਸਟਰਕਸ਼ਨਾਂ ਸੀ ਉਹਨਾਂ ਮੁਤਾਬਕ ਉਹਨਾਂ ਨੂੰ ਬਣਦਾ ਉਹਦਾ ਜੁਰਮਾਨਾ ਜਿਹੜਾ ਆ ਉਹ ਇੰਪੋਜ਼ ਕਰ ਦਿੱਤਾ ਗਿਆ ਆ ਤੇ ਬਾਕੀ ਤੋਂ ਅੱਗੇ ਉਹਨਾਂ ਦੀ ਹੋਰ ਵੀ ਖੇਤ ਹੈ ਕਿ ਉਹਨਾਂ ਕਮਿਟ ਕੀਤਾ ਛੜਨਾ ਕਿ ਉਹ ਕਿਸੇ ਵੀ ਖੇਤ ਵਿੱਚ ਅੱਗ ਨਹੀਂ ਲਾਉਣਗੇ ਤੁਹਾਡੇ ਮਾਧਿਅਮ ਨਾਲ ਹੀ ਸਾਰੇ ਹੀ ਕਿਸਾਨਾਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਸਰਕਾਰ ਵੱਲੋਂ ਜਿਹੜੀਆਂ ਇਨਸਟਰਕਸ਼ਨਾਂ ਨੇ ਉਹਨਾਂ ਨੂੰ ਪੁਲਿਸ ਫਾਲੋ ਕੀਤਾ ਜਾਵੇ ਮਾਝਾਉਂਗ ਡੀ ਸਾਹਿਬ ਦੀਆਂ ਜੋ ਹਦਾਇਤਾਂ ਨੇ ਉਹਨਾਂ ਨੂੰ ਇਨਮਨ ਲਾਗੂ ਕੀਤਾ ਜਾਵੇ ਉਹਨਾਂ ਨੂੰ ਲਾਗੂ ਕਰਾਉਣ ਦੀ ਜ਼ਿੰਮੇਵਾਰੀ ਵੀ ਸਾਡੀ ਸਾਰੇ ਪ੍ਰਸ਼ਾਸਨ ਦੀ ਹੈ ਜੀ ਤੇ ਸਾਰੇ ਹੀ ਕਿਸਾਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਗਾਓ ਇਹਨੂੰ ਖੇਤਾਂ ਵਿੱਚ ਖਿਲਾਰ ਕੇ ਖੇਤ ਵਿੱਚ ਹੀ ਨਸ਼ ਕਰੋ ਜੀ ਥੋੜਾ ਜਿਹਾ ਵੀ ਦੱਸ ਦਿਓ ਕਿ ਕਿਵੇਂ ਦੀ ਕਾਰਵਾਈ ਕੀਤੀ ਜਾਂਦੀ ਹੈ ਇਹਦੇ ਵਿੱਚ ਇਹ ਹੈ ਜੀ ਜਿਹੜਾ ਜੋ ਆਪਣਾ ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਗਾਈਡਲਾਈਨਾਂ ਨੇ ਉਹਨਾਂ ਮੁਤਾਬਿਕ এনवायरमेंट ਜੋ ਫਾਈਨ ਹੈਗਾ ਜੀ ਉਹ ਪਹਿਲੇ ਨੰਬਰ ਤੇ ਉਹ ਇੰਪੋਜ਼ ਕੀਤਾ ਗਿਆ ਜੇ ਦੁਬਾਰਾ ਨਾਲ ਗਲਤੀ ਕਰਨਗੇ ਜੀ ਉਹਨਾਂ ਦੇ ਰਿਕਾਰਡ 'ਚ ਰੈੱਡ ਐਂਟਰੀਆਂ ਤੇ ਐਫ ਆਈ ਆਰ ਵੀ ਦਰਜ ਕੀਤੀ ਜਾਂਦੀ ਹੈ ਫਿਲਹਾਲ ਇਹਨਾਂ ਨੂੰ ਜਿਹੜਾ ਸੀ ਅਸੀਂ ਉਹ ਫਾਈਨ ਕੀਤਾ ਹੋਇਆ ਤੇ ਇਹਨਾਂ ਨੇ ਕਮਿਟ ਕੀਤਾ ਹੋਇਆ ਕਿ ਅੱਗੇ ਤੋਂ ਅਸੀਂ ਇਹੋ ਜੀ ਕਦੀ ਵੀ ਗਲਤੀ ਨਹੀਂ ਕਰਾਂਗੇ ਤੁਹਾਨੂੰ ਪਤਾ ਹੀ ਹੈ ਜੀ ਪਹਿਲਾਂ ਝੋਨੇ ਦੀ ਜਿਹੜੀ ਫਸਲ ਤੋਂ ਪਹਿਲਾਂ ਹੀ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਸੈਮੀਨਾਰ ਕਰਕੇ ਜਾਂ ਇਹਨਾਂ ਨਾਲ ਮੀਟਿੰਗ ਕਰਕੇ ਕਿਸਾਨਾਂ ਦੇ ਨਾਲ ਜਾਂ ਸਾਡੇ ਵੱਲੋਂ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਜਿਹੜਾ ਪਰਾਲੀ ਨੂੰ ਅੱਗ ਨਾ ਲਾਉਣ ਵਾਸਤੇ ਇਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀਗਾ ਪਰ ਸਾਨੂੰ ਅੱਜ ਇੱਕ ਇਤਲਾਹ ਮਿਲੀ ਕਿ ਇੱਥੇ ਇਹ ਨਾਲੇ ਦੇ ਲਾਗੇ ਇੱਕ ਕਿਸਾਨ ਨੇ ਜਿਹੜੀ ਆ ਆਪਣੇ ਪਰਾਲੀ ਦੀ ਰਹਿਤ ਨੂੰ ਅੱਗ ਲਾਈ ਹੈ ਜਿਹੜਾ ਅਸੀਂ ਤੁਰੰਤ ਬੀਡੀਪੀਓ ਅਜਨਾਲਾ ਸਾਹਿਬ ਦੇ ਨਾਲ ਮੌਕੇ ਤੇ ਪਹੁੰਚੇ ਹਾਂ ਜੀ ਨਾਲ ਪਰਿਵਾਰੀ ਸਾਹਿਬ ਤੇ ਨਾਲ ਇਹਨਾਂ ਦਾ ਬਾਕੀ ਸਟਾਫ ਹੈ ਜੀ ਇਹਨਾਂ ਨੇ ਮੁਤਾਬਕ ਸਰਕਾਰ ਦੇ ਹੁਕਮਾ ਮੁਤਾਬਕ ਜਿਹੜੀ ਆਪਣੀ ਕਾਰਵਾਈ ਕੀਤੀ ਹੈ ਜੀ ਉਹਨਾਂ ਨੂੰ ਜੁਰਮਾਨਾ ਕੀਤਾ ਅਗਰ ਇਹ ਦੁਬਾਰਾ ਕਰਨਗੇ ਜਾਂ ਇਹ ਜੁਰਮਾਨਾ ਤਾਰਨ ਤੋਂ ਇਨਕਾਰ ਕਰਦੇ ਨੇ ਤਾਂ ਫਿਰ ਇਹਨਾਂ ਦੇ ਖਿਲਾਫ ਅਸੀਂ ਐਫਆਈਆਰ ਕਰਾਂਗੇ